ਕਰੀਏਟ ਕਰ ਰਹੇ ਵਿਦਿਆਰਥੀਆਂ ਨੂੰ ਇਹ ਆ ਸਮੇਸ਼ਾ ਹੁੰਦੀ ਹੈ ਕਿ ਗਵਰਨਮੈਂਟ ਜੌਬ ਤੱਕ ਅਸੀਂ ਪਹੁੰਚ ਸਕੀਏ ਗਵਰਨਮੈਂਟ ਜੌਬ ਜਿਹੜਾ ਜਿਹਦੇ ਲਈ ਸਿਲੈਕਸ਼ਨ ਟੈਸਟ ਹੁੰਦਾ ਹੈ ਉਸ ਤੋਂ ਪਹਿਲਾਂ ਪੀਐਸਟੈਟ ਚੋਂ ਗੁਜ਼ਰਨਾ ਪੈਂਦਾ ਹੈ ਥੈਟ ਇਜ਼ ਵਾਈ ਜਿਹੜੇ ਪੰਜਾਬ ਵਿੱਚ ਰਹਿੰਦੇ ਨੇ ਸਟੇਟ ਵਿੱਚ ਰਹਿੰਦੇ ਨੇ ਉਹਨਾਂ ਨੇ ਸਟੇਟ ਕਮਨਟ ਦੀ ਜੌਬ ਲੈਣੀ ਹੈ ਸਕੂਲ ਵਿੱਚ ਟੀਚ ਕਰਨਾ ਹੈ ਤੇ ਸਟੇਟ ਗਵਰਨਮੈਂਟ ਦਾ ਟੀਚਰ ਐਲੀਜੀਬਿਲਟੀ ਟੈਸਟ ਕਲੀਅਰ ਕਰਨਾ ਹੁੰਦਾ ਹੈ ਤੇ ਇੱਕ ਦੁੱਖ ਕੀ ਹੁੰਦਾ ਹੈ ਕਿ ਇਹ ਟੈਸਟ ਬੜੀ ਦੇਰ ਬਾਅਦ ਹੁੰਦਾ ਹੈ ਨਾਰਮਲੀ ਇੱਕ ਸਾਲ ਬਾਅਦ ਹੋ ਰਿਹਾ ਹੈ ਕਈ ਵਾਰ 2 ਸਾਲ ਵੀ ਹੁੰਦਾ ਹੈ ਇਸ ਲਈ ਬੜੀ شدت ਨਾਲ ਇਸ ਦੀ ਵੇਟ ਕੀਤੀ ਜਾਂਦੀ ਹੈ ਤੇ ਇਸ ਨੂੰ ਪਾਸ ਕਰਨ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਲੰਬੀਆਂ ਲੰਬੀਆਂ ਕੋਚਿੰਗਸ ਲਈਆਂ ਜਾਂਦੀਆਂ ਨੇ ਕਲਾਸਿਜ਼ ਲਈਆਂ ਜਾਂਦੀਆਂ ਨੇ ਕਈ ਵਾਰ ਫਿਰ ਵੀ ਅਟੈਂਪਟ ਹੀ ਹੁੰਦਾ ਲੇਕਿਨ ਕੁਝ ਇੱਕ ਵਿਦਿਆਰਥੀ ਅਜਿਹੇ ਹੁੰਦੇ ਨੇ ਬਹੁਤ ਘੱਟ ਪੜ੍ਹ ਕੇ ਵੀ ਲੈ ਜਾਂਦੇ ਨੇ ਸੋ ਹਰ ਕੈਟਾਗਰੀ ਦੇ ਸਟੂਡੈਂਟਸ ਨੂੰ ਇਹ ਜ਼ਰੂਰੀ ਹੈ ਕਿ ਉਹ ਪਿਛਲੇ ਸਾਲ ਦੇ ਪੇਪਰ ਹਰ ਹਾਲਤ ਵਿੱਚ ਸੋਲਵ ਕਰੇ ਕੁਝ ਸਿਮਿਲਰ ਜਿਹੜੇ ਪ੍ਰੈਕਟਿਸ ਸੈੱਟ ਨੇ ਉਹਨਾਂ ਨੂੰ ਸੋਲਵ ਕਰੇ ਜਿਹੜੇ ਟਾਪਿਕ ਵਿੱਚ ਫਾਰ ਐਗਜ਼ਾਮਪਲ ਪਿਆਜੇ ਹੈ ਵੈਗਾਸਟ ਕੀ ਹੈ ਬਰੂਨਰ ਹੈ ਸਕਿੰਨਰ ਹੈ ਪਾਵਲੋਵ ਹੈ ਕੋਈ ਵੀ ਅਜਿਹੇ ਟਾਪਿਕ ਹੈ ਇੰਟੈਲੀਜੈਂਸ ਦੀਆਂ ਥਿਊਰੀਜ਼ ਹੈ ਮਲਟੀਪਲ ਇੰਟੈਲੀਜੈਂਸ ਹੈ ਗਾਰਡਨਰ ਹੈ ਸਟਰਨਬਰਗ ਹੈ ਅ ਜਿਹਦੇ ਚ ਉਹਨੂੰ ਲੱਗਦਾ ਹੈ ਕਿ ਮੈਂ ਵੀ ਖਾਂ ਉਹ ਉਸ ਦੀ ਤਿਆਰੀ ਕਰੇ ਸੋ ਅਜਿਹਾ ਇੱਕ ਕੋਰਸ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਜਿਹੜਾ learntoactualize.com ਤੇ ਅਵੇਲੇਬਲ ਹੋਏਗਾ ਬਹੁਤ ਹੀ ਘੱਟ ਪ੍ਰਾਈਸ ਵਿੱਚ ਸਰ ਦੱਸੋ ਤੁਸੀਂ ਉਸ ਤੋਂ ਸਾਡੀ ਟੈਸਟ ਸੀਰੀਜ਼ ਹੈਗੀ ਹੈ ਜੀ ਇਹ ਟੈਸਟ ਸੀਰੀਜ਼ ਤੁਸੀਂ ਬਾਏ ਕਰ ਸਕਦੇ ਹੋ www. learntoexcelize.com ਲਿੰਕ ਉਹ ਦਾ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿਆਂਗੇ ਸੋ ਇਹ ਸਾਡੀ ਵੈਬਸਾਈਟ ਆ ਠੀਕ ਹੈ ਜੀ ਕਿੱਥੇ ਜਾਓਗੇ ਤੇ ਇਦਾਂ ਦਾ ਕੁਝ ਉਹਦਾ ਇੰਟਰਫੇਸ ਆ ਉਸ ਤੋਂ ਬਾਅਦ ਸੈਕਿੰਡ ਪੀਐਸਟ ਟੈਸਟ ਸੀਰੀਜ਼ ਸਾਡੀ ਆ ਜਾਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਰਾਈਟ ਨਾਓ ਸਾਡਾ ਪੀਐਸਟ 2 ਟੈਸਟ ਸੀਰੀਜ਼ ਜਨਰਲ ਪਲੱਸ ਸੋਸ਼ਲ ਸਟਡੀ ਜਨਰਲ ਮਤਲਬ ਜਿਹਦੇ ਵਿੱਚ ਸੀਡੀਪੀ ਪੰਜਾਬੀ ਤੇ ਇੰਗਲਿਸ਼ ਪਲਸ ਸੋਸ਼ਲ ਸਾਇੰਸ ਸੋਸ਼ਲ ਸਟੱਡੀਜ਼ ਇੱਥੇ ਮੈਂ ਦੱਸ ਦਿਆਂ ਜਿਹੜੇ ਪੀਐਸਟੈਟ 1 ਵਾਲੇ ਨਹੀਂ ਉਹ ਪੀਐਸਟੈਟ 2 ਦੇ ਪੇਪਰ ਦੀ ਵੀ ਤਿਆਰੀ ਕਰਨ ਕਰਨ ਪੀਐਸਟੈਟ 1 ਦਾ ਵੀ ਕੋਰਸ ਅਵੇਲੇਬਲ ਹੋਏਗਾ ਪਰ ਚਾਹੀਦਾ ਇਹ ਹੈ ਕਿ ਉਹ ਦੋਨੋਂ ਪੇਪਰਾਂ ਦੀ ਤਿਆਰੀ ਕਰਨ ਜਨਰਲ ਪੇਪਰ ਵਿੱਚ ਪਹਿਲੇ ਤਿੰਨ ਆ ਰਹੇ ਨੇ ਜਿਵੇਂ ਸਰ ਨੇ ਦੱਸਿਆ ਹੈ ਸੀਡੀਪ ਜਿਸ ਨੂੰ ਕਾਫੀ ਚੈਲੈਂਜਿੰਗ ਕਈ ਮੰਨਦੇ ਨੇ ਇੰਗਲਿਸ਼ ਤੇ ਪੰਜਾਬੀ ਦੂਸਰਾ ਪਾਰਟ ਜਿਹੜਾ ਹੈ ਤੁਹਾਡਾ ਤੁਸੀਂ ਚੋਣ ਕਰਨੀ ਹੈ ਆਪਣੇ ਇਹਦਾ ਅਸੀਂ ਇਹਦਾ ਬੰਡਲ ਬਣਾ ਦਿੱਤਾ ਹੋਇਆ ਹੈ ਠੀਕ ਹੈ ਜੀ ਮੰਨ ਲਓ ਕੋਈ ਬੱਚਾ ਕਹਿ ਰਿਹਾ ਉਹਨੂੰ ਜਨਰਲ ਵੀ ਚਾਹੀਦਾ ਤੇ ਉਹਨੂੰ ਐਸਐਸਟੀ ਵੀ ਚਾਹੀਦਾ ਬੰਡਲ ਦਾ ਕੀ ਮਤਲਬ ਬੰਡਲ ਮਤਲਬ ਕਿ ਦੋਵੇਂ ਜਿਹੜਾ ਮਰਜ ਕੀਤਾ ਗਿਆ ਹਾਂ ਜੀ ਤੇ ਇਹ ਜਿਹੜਾ ਸਾਡਾ ਮਤਲਬ ਟੈਸਟ ਸੀਰੀਜ਼ ਹੈ 365 ਰੁਪੀਸ ਦਾ ਤੇ 365 ਡੇਸ ਦੀ ਵੈਲਿਡਿਟੀ ਮਤਲਬ ਇੱਕ ਸਾਲ ਦੀ ਦੀ ਵੈਲਿਡਿਟੀ ਹੈ ਮਤਲਬ ਰੋਜ਼ 1 ਰੁਪਿਆ ਮਤਲਬ ਕਿ ਇਸ ਤਰ੍ਹਾਂ ਸਸਤਾ ਪੈ ਰਿਹਾ ਹੈ ਜੀ ਜੀ 1 ਰੁਪਿਆ ਰੋਜ਼ ਦਾ ਪੈ ਰਿਹਾ ਹੈ ਉਹਦਾ ਜੇ ਤੁਸੀਂ ਆਡਾ-ਆਡ ਲਿਆਣੇ ਆ ਇਕੱਲੇ-ਇਕੱਲੇ ਲੈਣੇ ਹੈਗੇ ਪਲਾਨ ਤੇ ਸੋਸ਼ਲ ਸਟਡੀ ਦਾ ਸਾਡਾ 250 ਰੁਪਏ ਦਾ ਹੈਗਾ ਜੀ 1 ਸਾਲ ਦੀ ਵੈਲਿਡਿਟੀ ਹੈਗੀ ਆ ਜੇ ਤੁਸੀਂ ਤੁਹਾਨੂੰ ਸਿਰਫ ਸੋਸ਼ਲ ਸਟਡੀਸ ਚਾਹੀਦੀ ਆ ਜੇ ਤੁਹਾਨੂੰ ਸੀਡੀਪੀ ਇੰਗਲਿਸ਼ ਤੇ ਪੰਜਾਬੀ ਜਿਹੜਾ ਕਿ ਜਨਰਲ ਪੇਪਰ ਹੁੰਦਾ ਉਹਦਾ ਚਾਹੀਦਾ ਤੇ ਉਹ ਵੀ ਤੁਹਾਨੂੰ 250 ਰੁਪੀਸ ਦਾ ਮਿਲ ਜਾਏਗਾ ਸੋ ਫਾਇਦਾ ਹੈਗਾ ਕਿ ਆਪਾਂ ਮਤਲਬ ਅਡਡ ਦੇ ਬਜਾਏ ਇੱਕ ਜਿਹੜਾ ਪਲਾਨ ਹੈਗਾ 365 ਦੇ ਵਿੱਚ ਲੈ ਲੀਏ ਸਾਣਾ ਉਹ ਸਾਨੂੰ ਸਸਤਾ ਵੀ ਪਏਗਾ ਇਸ ਤੋਂ ਇਲਾਵਾ ਅਸੀਂ ਸਾਇੰਸ ਦੇ ਵੀ ਬੜੀ ਜਲਦੀ ਉਹ ਫਿਜ਼ੀਕਲ ਐਜੂਕੇਸ਼ਨ ਸਾਇੰਸ ਫਿਜ਼ੀਕਲ ਐਜੂਕੇਸ਼ਨ ਜਿਹੜਾ ਕਿ ਮੇਰਾ ਸਬਜੈਕਟ ਹੈਗਾ ਠੀਕ ਹੈ ਜੀ ਉਹਦਾ ਵੀ ਆਪਾਂ ਪੀ ਜਿਹੜੀ ਟੈਸਟ ਸੀਰੀਜ਼ ਹੈਗੀ ਆ ਉਹ ਨਾਲ ਇਸੇ ਇਸੇ ਹੀ ਵੈਬਸਾਈਟ ਤੇ ਅਵੇਲੇਬਲ ਹੋਏਗੀ ਉਹ ਵੀ ਬਸ ਕੁਝ ਕੁਝ ਦਿਨਾਂ ਦੇ ਵਿੱਚ ਉਹ ਅਵੇਲੇਬਲ ਹੋ ਜਾਣੀ ਹੈ ਅ ਮਤਲਬ ਕੁਝ ਦਿਨ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਅਵੇਲੇਬਲ ਕਰਵਾ ਦਾਂਗੇ ਉਹ ਵੀ ਠੀਕ ਹੈ ਜੀ ਇਹ ਸਾਡੀ ਲਾਂਚ ਹੋ ਚੁੱਕੀ ਹੈ ਇਹ ਤੁਸੀਂ ਜਾ ਕੇ ਬਾਇ ਕਰ ਸਕਦੇ ਹੋ ਜੇ ਤੁਸੀਂ ਬਾਇ ਕਰਨਾ ਹੈ ਤੇ ਸਿਰਫ ਸਿੰਪਲੀ ਇੱਥੇ ਤੁਸੀਂ ਕਲਿੱਕ ਕਰ ਦੇਣਾ ਲਾਈਕ ਮੈਂ ਇੱਥੇ ਕਲਿੱਕ ਕੀਤਾ ਠੀਕ ਹੈ ਇੱਥੇ ਕਲਿੱਕ ਕਰਕੇ ਤੁਸੀਂ ਸਾਈਨ ਅਪ ਕਰ ਲੈਣਾ ਠੀਕ ਹੈ ਸਾਈਨ ਅਪ ਤੇ ਕਲਿੱਕ ਕੀਤਾ ਜੇ ਤੁਹਾਡੀ ਆਈਡੀ ਨਹੀਂ ਬਣੀ ਹੋਈ ਤੇ ਸਾਈਨ ਅਪ ਕਰਨਾ ਜੇ ਬਣੀ ਹੋਈ ਤੇ ਸਾਈਨ ਇਨ ਕਰ ਲੈਣਾ ਜਿਹੜੀ ਤੁਹਾਡੀ ਆਈਡੀ ਬਣੀ ਹੋਈ ਆ ਹੁਣ ਇੱਥੇ ਕੀ ਕਰਨਾ ਹੈ ਮੈਂ ਫਿਲ ਕਰਕੇ ਦਿਖਾ ਦਿੰਦਾ ਇੱਕ ਵਾਰੀ ਲਾਈਕ ਤੁਹਾਡੀ ਹੈਗੀ ਆ ਤੀਰਤ ਸਿੰਘ @hotmail.com ਸੋ ਇਹਦਾ ਮੈਂ ਪਾਸਵਰਡ ਬਣਾ ਲੈਣਾ ਤੁਸੀਂ ਆਪਣੇ ਹਿਸਾਬ ਨਾਲ ਪਾਸਵਰਡ ਬਣਾ ਲਿਓ ਠੀਕ ਹੈ ਜੀ ਸੋ ਇਹਦਾ ਮੈਂ ਪਾਸਵਰਡ ਬਣਾ ਲਿਆ ਮਾਡਰਟ ਬੋਲ ਰਿਹਾ ਸੋ ਸਾਈਨ ਅਪ ਕਰ ਲੈਂਦੇ ਹਾਂ ਸੋ ਇਹ ਸਾਈਨ ਅਪ ਹੋ ਗਿਆ ਠੀਕ ਹੈ ਜੀ ਇਸ ਤੋਂ ਇਲਾਵਾ ਸਾਡਾ ਮੈਂ ਦੱਸਣ ਜਾਊਂਗਾ ETT ਦਾ ਫ੍ਰੀ ਮੌਕ ਟੈਸਟ ਚੱਲਦਾ ਪਿਆ ਹੈ ਰਾਈਟ ਨਾਉ ਛੜੇ ਉਹ ਠੀਕ ਹੈ 9594 ਦਾ ਜਿਹੜਾ ਪੇਪਰ ਹੋਣਾ ਪੰਜਾਬੀ ਦਾ ਉਹਦਾ ਫ੍ਰੀ ਮੌਕ ਟੈਸਟ ਵੀ ਚੱਲ ਰਿਹਾ ਹੈ ਇਹ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਦੇਖ ਸਕਦੇ ਹੋ ਤੁਹਾਡੀ ਤਿਆਰੀ ਕਿੰਨੀ ਕੀ ਜ਼ਿਆਦਾ ਹੈਗੀ ਹੈ ਸੋ ਇੱਥੇ ਆਪਾਂ ਸਾਡੀ ਟੈਸਟ ਸੀਰੀਜ਼ ਹੈਗੀਆਂ ਆ ਬੰਡਲ ਆ ਗਿਆ ਜੀ ਜਿਹੜਾ ਤੁਸੀਂ 365 ਦਾ ਇਹ ਅਲੱਗ-ਅਲੱਗ ਲਾਈਕ ਤੁਸੀਂ CDP ਪੀਐਸਟੀ 2 ਪੰਜਾਬੀ ਜਿਹੜਾ ਜਨਰਲ ਉਹ ਬਾਈ ਕਰਨਾ ਹੈਗਾ ਠੀਕ ਹੈ ਜੀ ਇੱਥੇ ਤੁਸੀਂ ਦੇਖੋ ਕਿ CDP ਇਹ ਹਲੇ ਅਨਵੇਲੇਬਲ ਦਿਖ ਰਿਹਾ ਹੈ ਬਸ ਲਾਈਵ ਹੋ ਜਾਣਾ ਹੈ ਜੇ ਤੁਸੀਂ ਬਾਈ ਕਰੋਗੇ ਠੀਕ ਹੈ ਜੀ ਇਹ ਲਾਈਵ ਹੋ ਜਾਣਾ ਹੈਗਾ ਉਸ ਤੋਂ ਇਲਾਵਾ ਇੰਗਲਿਸ਼ ਠੀਕ ਹੈ ਜੀ ਇੰਗਲਿਸ਼ ਦੇ ਲਾਈਵ ਹੋ ਚੁੱਕੇ ਨੇ ਟੈਸਟ ਐਂਡ ਪੰਜਾਬੀ ਪੰਜਾਬੀ ਦੇ ਵੀ ਲਾਈਵ ਹੋ ਜਾਣੇ ਆ ਟੈਸਟ ਠੀਕ ਹੈ ਜੀ ਸੋ ਇਹ ਤੁਸੀਂ ਇੱਥੇ ਜਾ ਕੇ ਤੁਸੀਂ ਬਾਈ ਕਰਨਾ ਇੱਥੇ ਬਾਈ ਨਾਓ ਬਾਈ ਨਾਓ ਕੀਤਾ ਤੇ ਇੱਥੇ ਜਾ ਕੇ ਤੁਸੀਂ ਜਿਹੜਾ ਤੁਸੀਂ ਨਾਮ ਭਰਿਆ ਹੋਇਆ ਤੀਰਤ ਸਿੰਘ ਦੇ ਕੋ ਇੱਥੇ ਆ ਗਿਆ ਤੇ ਮੇਲ ਆਈਡੀ ਇਹਨਾਂ ਦੀ ਆਟੋਮੈਟਿਕਲੀ ਜਦੋਂ ਤੁਸੀਂ ਸਾਈਨ ਅਪ ਕੀਤਾ ਤੇ ਇੱਥੇ ਆ ਗਿਆ ਇੱਥੇ ਆਪਣੇ ਮੋਬਾਈਲ ਨੰਬਰ ਭਰ ਦੇਣਾ ਫੋਰ ਏਗਜ਼ਾਮਪਲ ਥੋੜਾ ਜੋ ਵੀ ਮੋਬਾਈਲ ਨੰਬਰ ਮੈਂ ਭਰ ਦਿੰਦਾ ਬੜੀ ਲਾਈਟ ਹੈ ਦਿਖਾਈ ਦੇ ਰਿਹਾ ਸਾਨੂੰ ਤੁਹਾਨੂੰ ਸ਼ਾਇਦ ਨਾ ਦਿਖਾਈ ਦੇ ਰਿਹਾ ਹੋਵੇ ਮੈਂ ਆਪਣਾ ਮੋਬਾਈਲ ਨੰਬਰ ਭਰ ਦਿੰਦਾ ਸੋ ਜਦੋਂ ਮੈਂ ਮੋਬਾਈਲ ਨੰਬਰ ਭਰਿਆ ਤੇ ਦੈਨ ਆਪਾਂ ਪੇ ਸਿਕਿਉਰਲੀ ਕਰ ਦੇਣਾ ਸੋ ਇਹ ਰਿਜ਼ਰਵ ਪੇ ਦਾ ਜਿਹੜਾ ਕੀ ਹੈਗਾ ਪੇਮੈਂਟ ਗੇਟਵੇ ਓਪਨ ਹੋ ਜਾਣਾ ਹੈ ਤੁਸੀਂ ਇਸ QR ਕੋਡ ਨੂੰ ਸਕੈਨ ਕਰਕੇ ਪੇਮੈਂਟ ਕਰ ਸਕਦੇ ਹੋ ਬੜਾ ਹੀ ਸਰਲ ਮੈਥਡ ਹੈਗਾ ਉਸ ਤੋਂ ਇਲਾਵਾ UPI ਭਿੰਮ ਦੇ ਥਰੂ ਫੋਨ ਪੇ Google Pay ਜੋ ਵੀ ਮੈਥਡ ਤੁਹਾਨੂੰ ਬੱਝ ਲੱਗੇ ਕਾਰਡ ਦੇ ਥਰੂ ਨੈਟ ਬੈਂਕਿੰਗ ਥਰੂ ਵਾਲਟ ਦੇ ਥਰੂ ਤੁਸੀਂ ਪੇਮੈਂਟ ਕਰ ਸਕਦੇ ਹੋ ਜਿੱਦੇ ਤੁਹਾਡੀ ਪੇਮੈਂਟ ਹੋ ਜਾਏਗੀ ਤੇ ਤੁਹਾਨੂੰ ਮੈਸੇਜ ਆ ਜਾਏਗਾ ਈਮੇਲ ਆ ਜਾਏਗੀ ਕਿ ਤੁਸੀਂ انرول ਹੋ ਗਏ ਹੋ ਇਸ ਕੋਰਸ ਦੇ ਵਿੱਚ ਐਂਡ ਉਸ ਤੋਂ ਬਾਅਦ ਜਾ ਕੇ ਤੁਸੀਂ ਜਿਹੜੇ ਪ੍ਰੈਕਟਿਸ ਸੈਟਸ ਹੈਗੇ ਆ ਉਹਨਾਂ ਨੂੰ ਮਤਲਬ ਇੰਜੋਏ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਜਿੱਦਾਂ ਕਈ ਪ੍ਰੈਕਟਿਸ ਸੈਟ ਹੁੰਦੇ ਆ ਕਿ ਤੁਸੀਂ ਕੁਐਸਚਨ ਕੀਤਾ ਹਨਾ ਕਈ ਮਤਲਬ 30 ਕੁਐਸਚਨ ਹੈਗੇ ਆ 30 ਕੁਐਸਚਨ ਅਟੈਂਪਟ ਕਰਨ ਤੋਂ ਬਾਅਦ ਤੁਹਾਨੂੰ ਫੀਡਬੈਕ ਮਿਲਦਾ ਕਿ ਕਿਹੜਾ ਗਲਤ ਹੈ ਕਿਹੜਾ ਸਹੀ ਹੈ ਬਟ ਇੱਥੇ ਕੀ ਹੋਏਗਾ ਜਿੱਦਾਂ ਤੁਸੀਂ ਕੁਐਸਚਨ ਅਟੈਂਪਟ ਕੀਤਾ ਨਾਲ ਹੀ ਤੁਹਾਨੂੰ ਪਤਾ ਲੱਗਣਾ ਹੈ ਕਿ ਕੁਐਸਚਨ ਸਹੀ ਹੈ ਜਾਂ ਗਲਤ ਮੈਂ ਇੱਥੇ ਜ਼ਰੂਰੀ ਦੱਸਣਾ ਚਾਹਾਂਗਾ ਨਾਰਮਲੀ ਜਦੋਂ ਅਸੀਂ ਪੀਐਸਟੈਟ ਦੀ ਤਿਆਰੀ ਕਰਦੇ ਹਾਂ ਫਰਸਟ ਟੀਚਿੰਗ ਮਸ਼ੀਨ ਕਿਸ ਨੇ ਬਣਾਈ ਸੀ ਤੇ ਬੀ ਐਫ ਸਕਿਨਰ ਉਥੇ ਆਨਸਰ ਹੁੰਦਾ ਹੈ ਬੀ ਐਫ ਸਕਿਨਰ ਦੀ ਥਿਉਰੀ ਜਿਸ ਨੂੰ ਆਪਰੇਟ ਕੰਡੀਸ਼ਨਿੰਗ ਜਾਂ ਰੀ ਇਨਫੋਰਸਮੈਂਟ ਐਂਡ ਪਨਿਸ਼ਮੈਂਟ ਜਾਂ ਫੀਡਬੈਕ ਦੇ ਨਾਲ ਹਮੇਸ਼ਾ ਜੋੜਦੇ ਹਾਂ ਉਹਨਾਂ ਨੇ ਟੀਚਿੰਗ ਨੂੰ ਕੀ ਬਣਾਇਆ ਸੀ ਕਿ ਬੱਚੇ ਨੂੰ ਇਮੀਡੀਏਟ ਫੀਡਬੈਕ ਦਿੱਤੀ ਜਾਵੇ ਈਵਨ ਕਨਸਟਰਕਟਿਵਿਜ਼ਮ ਜਾਂ ਕੋਈ ਹੋਰ ਰਿਜ਼ਮ ਵੀ ਹੈ ਇਮੀਡੀਏਟ ਫੀਡਬੈਕ ਤੋਂ ਕਿਸੇ ਨੇ ਵੀ ਇਨਕਾਰ ਨਹੀਂ ਕੀਤਾ ਉਸ ਫਾਰਮੂਲੇ ਨੂੰ ਉਸ ਜਿਹੜਾ ਪ੍ਰਿੰਸੀਪਲ ਹੈ ਲਰਨਿੰਗ ਦਾ ਉਸ ਨੂੰ ਇੱਥੇ ਅਪਲਾਈ ਕੀਤਾ ਗਿਆ ਹੈ ਜਦੋਂ ਤੁਹਾਨੂੰ ਇਮੀਡੀਏਟ ਫੀਡਬੈਕ ਮਿਲਤ ਹੋਣੀ ਕੁਐਸਚਨ ਕੀਤਾ ਹੈ ਹੁਣੀ ਮੈਂ ਸੋਚਿਆ ਸੀ ਹੁਣੀ ਪਤਾ ਲੱਗ ਗਿਆ ਕਿ ਰਾਈਟ ਆਨਸਰ ਹੈ ਜਾਂ ਰੋਂਗ ਆਨਸਰ ਹੈ ਜੇ ਰੋਂਗ ਆਨਸਰ ਹੈ ਉਸ ਦਾ ਕਾਰਨ ਐਕਸਪਲੇਨ ਕੀਤਾ ਗਿਆ ਹੈ نیچے ਤਾਂ ਵੀ ਮੈਂ ਲਰਨ ਕਰ ਲਿਆ ਜੇ ਮੇਰਾ ਰਾਈਟ ਸੀ ਤਾਂ ਵੀ ਮੈਂ ਲਰਨ ਕਰ ਲਿਆ ਸੋ ਹਰ ਤਰ੍ਹਾਂ ਨਾਲ ਇਹ ਲਰਨਿੰਗ ਦੀ ਪ੍ਰੈਕਟਿਸ ਤੁਹਾਡੀ ਹੋ ਸਕਦੀ ਹੈ ਇਹ ਬੈਸਟ ਮੈਥਡ ਹੈ ਜੇ ਤੁਸੀਂ ਬੁੱਕ ਖਰੀਦਦੇ ਹੋ ਨੇਚਰਲੀ ਉਸ ਦੀ ਫੀਡਬੈਕ ਤੁਸੀਂ ਇਸ ਤਰ੍ਹਾਂ ਇਮੀਡੀਏਟ ਉੱਥੇ ਬੈਠੇ ਨਹੀਂ ਲੈ ਸਕਦੇ ਬੁੱਕ ਐਟੀ ਬਲਕਿ ਤੁਸੀਂ ਬੱਸ ਵਿੱਚ ਕਾਰ ਵਿੱਚ ਟ੍ਰੇਨ ਵਿੱਚ ਲਿਜਾ ਕੇ ਨਹੀਂ ਪੜ ਸਕਦੇ ਫੋਨ ਤੁਹਾਡੇ ਕੋਲ ਹੈ ਤੁਸੀਂ ਉੱਥੇ ਇਮੀਡੀਏਟ ਜਿਹੜਾ ਹੈ ਇੱਕ ਕੁਐਸਚਨ ਥੋੜੇ ਸੋਲਵ ਕਰ ਸਕਦੇ ਇਮੀਡੀਏਟ ਫੀਡਬੈਕ ਲੈ ਸਕਦੇ ਉਹਦੇ ਬਾਰੇ ਥਿੰਕ ਓਵਰ ਕਰ ਸਕਦੇ ਡਿਫਿਕਲਟ ਏਰੀਆ ਉਹਦੀ ਐਕਸਰਸਾਈਜ਼ ਕਰ ਸਕਦੇ ਆ ਸੋ ਇਹਦੇ ਫਾਇਦੇ ਹੈ ਨਾਰਮਲੀ ਜੇ ਕਿਤਾਬ ਵੀ ਤੁਸੀਂ ਖਰੀਦਦੇ ਹੋ ਤਾਂ ਮੇਰੇ ਖਿਆਲ ਪੰਜ 600 ਦੀ ਕਿਤਾਬ ਮੈਂ ਲਾਸਟ ਬਾਈ ਕੀਤੀ ਸੀਗੀ ਤੇ 700 ਦੇ ਨੇੜੇ ਦੇ ਟਾਈਮ ਲੀ ਮਿਲ ਜੀ। ਸੋ ਇਹ ਕੋਰਸ ਤੁਹਾਨੂੰ 365 ਦੇ ਵਿੱਚ ਜੇ ਅਲੱਗ ਲੈਣਾ ਹੈ 250 ਚ 350 ਇਹਦੇ ਵਿੱਚ ਜਿੰਨੇ ਵੀ ਪ੍ਰੀਵੀਅਸ ইয়ার ਕੁਐਸਚਨਸ ਨੇ ਮੈਂ ਦੱਸ ਦਵਾ ਇਸ ਕੋਰਸ ਚ ਹੈ ਕੀ ਹੈ। ਇਹਦੇ ਵਿੱਚ ਜਿੰਨੇ ਵੀ ਪ੍ਰੀਵੀਅਸ ইয়ার ਕੁਐਸਚਨਸ ਨੇ 10 ਸਾਲਾਂ ਦੇ ਤੁਹਾਨੂੰ ਉਹ ਮਿਲਣਗੇ 2023 ਤੋਂ ਲੈ ਕੇ 2011 ਤੱਕ ਜਿੰਨੇ ਵੀ ਕੁਐਸਚਨਸ ਹੈਗੇ ਨੇ ਉਹ ਤੁਹਾਨੂੰ ਸਾਰੇ ਮਿਲਣਗੇ। ਇਸ ਤੋਂ ਇਲਾਵਾ ਰੈਗੂਲਰਲੀ ਇਹਦੇ ਵਿੱਚ ਆਪਾਂ ਕੰਟੈਂਟ ਅਪਲੋਡ ਕਰਦੇ ਰਵਾਂਗੇ ਤੁਹਾਡੇ ਵਾਸਤੇ ਕੁਐਸਚਨ ਜਿਹੜੇ ਹੈਗੇ ਆ ਪ੍ਰੈਕਟਿਸ ਜਿਹੜੇ ਮੌਕ ਸੈਟ ਮੌਕ ਟੈਸਟ ਕਰੰਨੇ ਹਨ ਉਸ ਤੋਂ ਇਲਾਵਾ ਅਸੀਂ ਤੁਹਾਡਾ ਇਹਦੇ ਵਿੱਚ ਮੌਕ ਟੈਸਟ ਵੀ ਲਵਾਵਾਂਗੇ ਮਤਲਬ ਇੱਕ ਮੌਕ ਟੈਸਟ ਤੁਹਾਡਾ ਲਵਾਵਾਂਗੇ ਜਰੂਰ ਜਿ ਕਿ ਜਦੋਂ ਤੁਸੀਂ ਇਗਜ਼ਾਮ ਦੇਣ ਜਾਓ ਤੁਹਾਨੂੰ ਪਤਾ ਲੱਗੇ ਤੁਹਾਡੀ ਤਿਆਰੀ ਕਿੰਨੀ ਹੈਗੀ ਆ ਸੋ ਇਹ ਚੀਜ਼ ਤੁਹਾਨੂੰ ਮਿਲ ਜਾਣੀ ਆ ਬੜੇ ਹੀ ਇੱਕ ਮਤਲਬ ਅਫੋਰਡੇਬਲ ਪ੍ਰਾਈਸ ਤੇ ਤੁਸੀਂ ਬਾਈ ਕਰ ਸਕਦੇ ਹੋ ਜੀ ਸੋ ਇਸ ਤੋਂ ਇਲਾਵਾ ਜਿਹੜੇ ਆ ਵੀਡੀਓ ਸੌਰੀ ਕੰਟੈਂਟ ਔਨ ਡਿਮਾਂਡ ਫੋਰ ਇਗਜ਼ਾਮਪਲ ਤੁਸੀਂ ਚਾਹੁੰਦੇ ਹੋ ਕਿ ਇਹ ਏਰੀਆ ਮੇਰਾ ਵੀਕ ਹੈ ਪਿਆਜੇ ਵਾਈਗੋਸਕੀ ਕੋਲਬਰਗ ਹਨਾ ਇਹ ਤੁਹਾਨੂੰ ਲੱਗਦਾ ਹੈ ਕਿ ਇਹ ਏਰੀਆ ਮੇਰਾ ਵੀਕ ਹੈ ਤੁਸੀਂ ਸਾਨੂੰ WhatsApp ਗਰੁੱਪ ਵੀ ਬਣ ਜਾਂਦਾ ਹੈ ਤੁਹਾਡਾ ਤੁਸੀਂ ਡਿਮਾਂਡ ਕਰਦੇ ਸਕਦੇ ਹੋ ਸਰ ਇਸ ਕੋਰਸ ਵਿੱਚ ਮੈਨੂੰ ਇਹ ਇਹ ਵਾਲੇ ਕੁਐਸਚਨ ਹੋਰ ਚਾਹੀਦੇ ਨੇ ਪ੍ਰੈਕਟਿਸ ਲਈ ਸੋ ਉਹ ਔਨ ਡਿਮਾਂਡ ਤੁਸੀਂ ਕਰਦੇ ਹੋ ਕੁਐਸਚਨ ਜਨਰੇਟ ਹੋ ਕੇ ਬਿਸ਼ੱਕ ਮਤਲਬ ਉਸ ਤਰ੍ਹਾਂ ਦੇ ਪਿਛਲੇ ਕਈਆਂ ਸਟੇਟਸ ਵਿੱਚ ਆਏ ਹੋਏ ਕੁਐਸਚਨ ਉਹਨਾਂ ਦੀ ਐਕਸਰਸਾਈਜ਼ ਹੋ ਸਕਦੀ ਹੈ ਉਹ ਡਿਮਾਂਡ ਕਰ ਸਕਦੇ ਉਹ ਵੀ ਪੈ ਜਾਣਗੇ ਸੋ ਜਿਸ ਤਰ੍ਹਾਂ ਦੀ ਡਿਮਾਂਡ ਤੁਸੀਂ ਰੱਖੋਗੇ ਉਸ ਤਰ੍ਹਾਂ ਦੀ ਇਸ ਤਰ੍ਹਾਂ ਇੰਡੀਵਿਜੂਅਲਾਈਜ਼ਡ ਪ੍ਰੋਗਰਾਮ ਬਣਦਾ ਹੈ ਇੰਡੀਵਿਜੂਅਲ ਨੀਡ ਬੇਸਡ ਪ੍ਰੋਗਰਾਮ ਇਹ ਬਣ ਰਿਹਾ ਹੈ ਜੋ ਆਪਣੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਤੁਸੀਂ ਇੱਕ ਵਾਰੀ ਬਾਹਰ ਕਰਕੇ ਦੇਖੋ ਹਾਂ ਹਰ ਹਾਲਾਤ ਵਿੱਚ ਫੀਡਬੈਕ ਹੈ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਕੁਐਸਚਨ ਦੇ ਵਿੱਚ ਠੀਕ ਹੈ ਜੀ ਉਹ ਤੁਸੀਂ ਤੁਸੀਂ ਸਾਨੂੰ ਡਿਸਕਸ਼ਨ ਬੈਠੇ ਇਹਦੇ ਵਿੱਚ ਹੈਗਾ ਤੁਸੀਂ ਇਹਨਾਂ ਦਾ ਲਿੰਕ ਦੀਚੇ ਦਿੱਤਾ ਜਾਏਗਾ ਉਹ ਵੀ ਦੇ ਦੇਗਾ ਤੇ ਇਹਦੇ ਵਿੱਚ ਡਿਸਕਸ਼ਨ ਦਾ ਵੀ ਅ ਇੱਕ ਮਤਲਬ ਆਪਸ਼ਨ ਹੈਗਾ ਤੁਹਾਨੂੰ ਕੋਈ ਕੁਐਸਚਨ ਚ ਪ੍ਰੋਬਲਮ ਹੈ ਸਿੱਧਾ ਤੁਸੀਂ ਡਿਸਕਸ ਕਰ ਸਕਦੇ ਹੋ ਉਹਦੀ ਮੇਲ ਸਾਨੂੰ ਮਤਲਬ ਇਨਸਟੈਂਟਲੀ ਆ ਜਾਂਦੀ ਹੈ ਤੇ ਕੋਈ ਤੁਹਾਨੂੰ ਪ੍ਰੋਬਲਮ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਆਪਸ਼ਨ ਸਹੀ ਹੋਣਾ ਚਾਹੀਦਾ ਹੈ ਗਲਤ ਹੈ ਜੀ ਹਾਂ ਤੇ ਉੱਤੇ ਵੀ ਆਪਾਂ ਮਤਲਬ ਫੀਡਬੈਕ ਵੀ ਦੇ ਸਕਦੇ ਸਾਡੇ ਲਈ ਵੀ ਫੀਡਬੈਕ ਦੇ ਸਕਦੇ ਸੁਜੈਸ਼ਨ ਦੇ ਸਕਦੇ ਸੋ ਟਿਲ ਦੈਨ ਸੋ ਇਹ ਮੈਂ ਲਾਸਟ ਤੇ ਦੱਸ ਦਿਆਂ ਕਿ ਇਹ ਜਿਹੜਾ ਕੋਰਸ ਹੈ ਇਹ ਸਭ ਤਰ੍ਹਾਂ ਦੇ ਵਿਦਿਆਰਥੀਆਂ ਲਈ ਲਾਹੇਵੰਦ ਹੈ ਸਭ ਤਰ੍ਹਾਂ ਦੇ ਬੇਸ਼ੱਕ ਤੁਸੀਂ ਆਨਲਾਈਨ ਕਲਾਸ ਕਿਤੇ ਲਗਾ ਵੀ ਰਹੇ ਹੋ ਕੋਚਿੰਗ ਲੈ ਵੀ ਰਹੇ ਹੋ ਕਿਸੇ ਟੀਚਰ ਕੋ ਪੜ ਰਹੇ ਹੋ ਫਿਰ ਵੀ ਏਸ ਦੀ ਐਕਸਰਸਾਈਜ਼ ਤੁਸੀਂ ਕਰ ਸਕਦੇ ਹੋ ਕਿਉਂਕਿ ਪ੍ਰੈਕਟਿਸ ਸੈਟ ਜਿਹੜੇ ਹੋਣੇ ਨੇ ਬਹੁਤ ਜ਼ਿਆਦਾ ਦੇ ਡਿਫਰੈਂਟ ਹੋਣੇ ਆ ਟੌਪਿਕ ਵਾਈਜ਼ ਜਿਹੜੇ ਸੈਟ ਹੋਣੇ ਨੇ ਉਹਨਾਂ ਨਾਲ ਮੈਚ ਨਹੀਂ ਕਰਦੇ ਹੋਣੇ ਉਹ ਡਿਫਰੈਂਟ ਤੁਹਾਡੀ ਐਕਸਰਸਾਈਜ਼ ਹੋ ਜਾਏਗੀ ਅ ਸੋ ਫੀਡਬੈਕ ਤੁਹਾਡਾ ਇੰਤਜ਼ਾਰ ਕਰਦੇ ਹੋਏ ਅ ਥੈਂਕ ਯੂ